ਚਾਹੀਦਾ, ਤੁਸੀਂ ਇਹ ਮੁੱਖ ਮੰਤਰੀ ਦੇ ਬੋਲ ਸੁਣੋ। ਕੌਣ ਹੈ ਮੰਤਰੀ ਸਾਹਿਬ ਬੰਦਾ? ਪੁਲ ਥੱਲੇ ਪਾਣੀ ਕੀ ਛੱਲੀਆਂ ਹੀ ਵੇਚਦਣ, ਪਹਿਲਾਂ ਤੇ ਸਾਡੇ ਪਿੰਡ ਆਉਂਦਾ ਹੁੰਦਾ ਕਛੇ ਬਣਾਉਣਾ, ਨਿੱਕੇ ਨਿਆਣਿਆਂ ਦੀਆਂ ਵਰਦੀਆਂ ਵੇਚਣੀ ਤਰ੍ਹਾਂ। ਪਹਿਚਾਣਿਆ ਤੁਸੀਂ, ਇਹ ਉਹ ਮੁੱਖ ਮੰਤਰੀ ਜਿਸ ਨੂੰ ਸੋਸ਼ਲ ਮੀਡੀਆ ਨੇ ਦਿਨਾਂ 'ਚ ਹੀ ਸਟਾਰ ਬਣਾ ਦਿੱਤਾ। ਲੋਕਾਂ ਨੇ ਇਸ ਨੂੰ ਇੰਨਾ ਪਿਆਰ ਦਿੱਤਾ ਕਿ ਦਿਨਾਂ 'ਚ ਹੀ ਉਸਦੀ ਕਿਸਮਤ ਚਮਕ ਗਈ। ਪਰ ਹੁਣ ਲੱਗਦਾ ਮੁੱਖ ਮੰਤਰੀ ਨੂੰ ਅਮੀਰੀ ਹੰਕਾਰ ਚੜ ਗਿਆ ਅਤੇ ਇਸ ਕਰਕੇ ਗਰੀਬੀ ਨੂੰ ਟੀਚਰਾਂ ਕਰਦਾ ਦਿਖਾਈ ਦੇ ਰਿਹਾ। ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਇੱਕ ਛੱਲੀਆਂ ਵੇਚਣ ਵਾਲੇ ਗਰੀਬ ਦਾ ਮਜ਼ਾਕ ਉਡਾਉਂਦਾ ਦੇਖਿਆ ਜਾ ਸਕਦਾ ਹੈ, ਜਿਸ ਤੋਂ ਸਾਫ਼ ਪਤਾ ਲੱਗਦਾ ਕਿ ਮੁੱਖ ਮੰਤਰੀ ਆਪਣੀ ਗਰੀਬੀ ਦੇ ਦਿਨ ਭੁੱਲ ਚੁੱਕਾ ਹੈ। ਇਸੇ ਕਰਕੇ ਉਹ ਅਜਿਹੀਆਂ ਹਰਕਤਾਂ 'ਤੇ ਉਤਰ ਗਿਆ ਹੈ। ਕੌਣ ਹੈ ਮੰਤਰੀ ਸਾਹਿਬ ਬੰਦਾ? ਪੁਲ ਥੱਲੇ ਪਾਣੀ ਕੀ ਛੱਲੀਆਂ ਹੀ ਵੇਚਦਣ, ਪਹਿਲਾਂ ਤੇ ਸਾਡੇ ਪਿੰਡ ਆਉਂਦਾ ਹੁੰਦਾ ਕਛੇ ਬਣਾਉਣਾ, ਨਿੱਕੇ ਨਿਆਣਿਆਂ ਦੀਆਂ ਵਰਦੀਆਂ ਵੇਚਣੀ ਤਰ੍ਹਾਂ। ਉਧਰੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਛੱਲੀਆਂ ਵੇਚਣ ਵਾਲਾ ਪ੍ਰਭਾਰ ਮੁੱਖ ਮੰਤਰੀ ਤੇ ਭੜਕਦਾ ਜ਼ਰੂਰ ਦਿਖਾਈ ਦੇ ਰਿਹਾ। ਹੈਲੋ ਜੀ, ਸਲਾਮ ਵਾਲੇਕਮ ਜੀ ਸਾਰਿਆਂ ਨੂੰ। ਸੋ ਮੈਂ ਇਹ ਦਿਖਾਉਣਾ ਚਾਹੁੰਦੀ ਹਾਂ ਕਿ ਜਿਹੜਾ ਮੇਰਾ ਛੋਟਾ ਵੀਰ ਮੁੱਖ ਮੰਤਰੀ ਜਿਹਨੇ ਮੇਰੇ ਪਾਪਾ ਬਾਰੇ ਗਲਤ ਬੋਲਿਆ, ਆਹ ਦੇਖ ਲਓ, ਕੋਈ ਝੂਠ ਵਾਲੀ ਗੱਲ ਨਹੀਂ ਆ। ਪੁੱਲ ਦੇ ਨੀਚੇ ਮੇਰੇ ਪਾਪਾ ਕੰਮ ਕਰਦੇ ਪਏ ਆ, ਤੇ ਆਹ ਪੁੱਲ ਵੀ ਦਿਖਾ ਦਿਓ ਮਾੜਾ ਜਿਹਾ। ਤੇ ਆਹ ਸਾਡੀ ਫੈਮਿਲੀ ਆ ਛੋਟੀ ਜੀ, ਚਲੋ ਅਸੀਂ ਸਿੰਗਿੰਗ ਵੀ ਕਰਦੇ ਹਾਂ, ਦਾਦਾ ਸਰਕਾਰ ਦਾ ਬੜਾ ਸਾਡੇ ਤੇ ਕਰਮ ਹੈਗਾ ਜੋ ਅਸੀਂ ਸੰਗਤ ਦੇ ਵਿੱਚ ਜਾ ਕੇ ਗੁਣਗਾਨ ਕਰਦੇ ਹਾਂ ਉਹਨਾਂ ਦਾ, ਤੇ ਬਾਕੀ ਸਾਡੀ ਜਿਹੜੀ ਮਿਹਨਤ, ਕਿਉਂਕਿ ਸਾਨੂੰ ਇਸ ਚੀਜ਼ ਦੀ ਕੋਈ ਸ਼ਰਮ ਨਹੀਂ ਆ ਇਸ ਚੀਜ਼ ਦਾ, ਕਿਉਂਕਿ ਅਸੀਂ ਚੋਰੀ ਨਹੀਂ ਕਰਦੇ, ਅਸੀਂ ਆਪਣੀ ਮਿਹਨਤ ਕਰਦੇ ਹਾਂ ਤੇ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਹਾਂ। ਲਾਮਾ ਹੁੰਦਾ ਵਾ, ਕੋਈ ਮਿਹਨਾ ਹੁੰਦਾ ਵਾ ਚੋਰੀ ਦਾ, ਠੀਕ ਹੈ ਜੀ। ਤੇ ਅਸੀਂ ਕਰਦੇ ਹਾਂ ਆਪਣੀ ਮਿਹਨਤ, ਸਾਨੂੰ ਕਿਸੇ ਚੀਜ਼ ਦੀ ਇਹਦੇ ਵਿੱਚ ਕੋਈ ਹੈਗਾ ਨਹੀਂ ਹੈ ਵੀ ਸਾਡੀ ਇਨਸਲਟ ਹੁੰਦੀ ਹੈ ਜਾਂ ਕਿੱਦਾਂ, ਕਿਉਂਕਿ ਬਿਲਕੁਲ ਕੋਈ ਬੰਦਾ ਮਿਹਨਤ ਕਰ ਰਿਹਾ, ਜਿਹੜੀ ਪਬਲਿਕ ਨੇ ਇਹਨੂੰ ਇੰਨੇ ਉੱਚੇ ਲੈਵਲ ਤੇ ਪਹੁੰਚਾਇਆ, ਉਸੇ ਪਬਲਿਕ ਦਾ ਇਹ ਮਜ਼ਾਕ ਬਣਾ ਰਿਹਾ। ਕੀ ਗੱਲ, ਇਹ ਘਰੋਂ ਰਜਵਾੜਾ ਜੰਮਿਆ ਸੀਗਾ, ਇੰਨਾ ਘਟੀਆ ਇਨਸਾਨ ਮੈਂ ਤੇ ਅੱਜ ਤੱਕ ਨਹੀਂ ਦੇਖਿਆ ਜਿਹੜਾ ਇੰਨੀ ਗਰੀਬੀ ਚੋਂ ਅਜੇ ਕੱਲ ਉੱਠਿਆ ਵਾ, ਤੇ ਇਹ ਉੱਠ ਕੇ ਅੱਜ ਵੀਡੀਓ ਵੀ ਬਣਾਉਣ ਲੱਗ ਗਿਆ ਵਾ। ਸ਼ਰਮ ਕਰੋ ਥੋੜੀ ਜੀ, ਕੋਈ ਸ਼ਰਮ ਕਰਨੀ ਚਾਹੀਦੀ ਆ ਤੁਹਾਨੂੰ। ਤੇ ਆ ਤੁਸੀਂ ਦੇਖ ਸਕਦੇ ਹੋ ਇੰਨੀ ਜਲਦੀ ਮਿਡਲ ਫੈਮਿਲੀ ਤੋਂ ਉੱਠਿਆ ਵਾ, ਮਿਡਲ ਫੈਮਿਲੀ ਵਾਲ ਸਪੋਰਟ ਕਰਿਆ ਕਰ, ਸਗੋਂ ਤੂੰ ਉਹਨਾਂ ਦਾ ਮਜ਼ਾਕ ਬਣਾ ਰਿਹਾ, ਮਜ਼ਾਕ ਬਣਾਉਂਦਾ ਪਿਆ ਵਾ ਤੂੰ। ਇਹ ਸਾਡਾ ਦੇਖ ਲੋ, ਮੇਰੀਆਂ ਭੈਣਾਂ ਮਲਿਕਾ, ਆਸ਼ੂ, ਮੇਰੇ ਮੰਮਾ, ਤੇ ਇਹਨਾਂ ਦੇ ਦਿਲ ਤੇ ਕੀ ਬੀਤਦੀ ਹੋਊ ਜਦੋਂ ਇੱਕ ਆਰਟਿਸਟ ਬੰਦਾ ਸਾਡੇ ਕੇ ਪਤਾ ਲੱਗਾ ਇਹਨਾਂ ਕੱਲ ਦੀ ਰੋਟੀ ਨਹੀਂ ਖਾਧੀ ਸਵੇਰ ਦੀ, ਤੇ ਸਾਡੇ ਫੀਲਡ ਦਾ ਬੰਦਾ ਹੋ ਕੇ, ਸਾਡੀ ਲਾਈਨ ਦਾ ਬੰਦਾ ਹੋ ਕੇ ਏਦਾਂ ਦੀ ਕਰਤੂਤ ਕਰ ਰਹੇ, ਇਹਨੂੰ ਸਾਰਾ ਕੁਛ ਪਤਾ ਵਾ, ਸਾਰਾ ਕੁਛ ਪਤਾ ਕਿ ਅਲਕਾ ਹੁਣਾਂ ਦੇ ਪਾਪਾ ਵਾ, ਅਲਕਾ ਮਲਕਾ ਦੇ ਪਾਪਾ ਵਾ, ਇਹ ਵੀ ਪਤਾ ਵਾ ਸਾਡੇ ਲਾਗੇ ਦਾ ਹੀ ਆ, ਇੰਨੀ ਦੂਰ ਨਹੀਂ, ਸਾਡੇ ਬਿਲਕੁਲ ਲਾਗੇ ਦਾ ਇਹ ਮੁੰਡਾ ਦੀਨੇਵਾਲ ਪਿੰਡ ਦਾ। ਤੇ ਇੰਨਾ ਘਟੀਆ ਕੰਮ, ਥੋੜਾ ਜਿਹਾ ਨਾ ਅਕਲ ਕਰਕੇ ਰਿਹਾ ਕਰੋ ਮੇਰੇ ਵੀਰ, ਬਸ ਮੈਂ ਇੰਨਾ ਕਹੂੰਗੀ ਕਿ ਇਸ ਵੀਡੀਓ ਨੂੰ ਵੀਰ ਜੀ ਵੱਧ ਤੋਂ ਵੱਧ ਸ਼ੇਅਰ ਕਰੋ, ਬੇਨਤੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ, ਮੁੱਖ ਮੰਤਰੀ ਆਪਣੇ ਪੁਰਾਣੇ ਦਿਨ ਭੁੱਲ ਚੁੱਕਾ, ਇਸ ਕਰਕੇ ਉਹ ਗਰੀਬੀ ਦਾ ਮਜ਼ਾਕ ਉਡਾਉਂਦਾ ਦਿਖਾਈ ਦੇ ਰਿਹਾ। ਪਰ ਉਸਨੂੰ ਨਹੀਂ ਪਤਾ ਕਿ ਲੋਕ ਸਟਾਰ ਜਿਨ੍ਹਾਂ ਨੂੰ ਬਣਾਉਂਦੇ ਨੇ ਉਹਨਾਂ ਨੂੰ ਥੱਲੇ ਵੀ ਸੁੱਟ ਦਿੰਦੇ ਨੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।